ਨਤੀਜੇ ਕੀ ਪੈਸੇ ਦੇ ਜ਼ੋਰ 'ਤੇ ਹਰ ਪਿੰਡ 16-20 ਲੱਖ ਰੁਪਈਆ ਪਿੰਡ 'ਚ ਗਿਆ ਅਤੇ ਲੋਕ ਫਿਰ ਤੈਨੂੰ ਪਤਾ ਪੈਸੇ ਨੂੰ ਮੁੱਕ ਰੱਖ ਕੇ ਜ਼ਿਮਨੀ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਵੱਡੀ ਹਾਰ ਮਿਲੀ ਹੈ, ਉੱਥੇ ਹੀ ਲੋਕ ਸਭਾ ਚੋਣਾਂ ਵਿੱਚ ਜਲਾਲਾਬਾਦ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੇ ਹੀ ਗੜ੍ਹ ਜਲਾਲਾਬਾਦ ਵਿੱਚ ਵੱਡਾ ਝਟਕਾ ਲੱਗਿਆ। ਜਲਾਲਾਬਾਦ ਵਿਧਾਨ ਸਭਾ ਸੀਟ ਸੁਖਬੀਰ ਬਾਦਲ ਦੇ ਲੋਕ ਸਭਾ ਮੈਂਬਰ ਬਣਨ ਕਰਕੇ ਖਾਲੀ ਹੋ ਗਈ ਸੀ। ਅਕਾਲੀ ਦਲ ਲਈ ਸੀਟ ਨੂੰ ਮੁੜ ਤੋਂ ਜਿੱਤਣਾ ਵਕਾਰ ਦਾ ਸਵਾਲ ਬਣ ਗਿਆ ਸੀ, ਪਰ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸੁਖਬੀਰ ਬਾਦਲ ਆਪਣੇ ਉਮੀਦਵਾਰ ਨੂੰ ਨਹੀਂ ਜਿਤਾ ਸਕੇ। ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 16,634 ਵੋਟਾਂ ਲੈ ਕੇ ਜੇਤੂ ਰਹੇ, ਜਿਸ ਤੋਂ ਬਾਅਦ ਆਵਲਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਹੰਕਾਰ ਨੂੰ ਤੋੜਨ ਦੀ ਗੱਲ ਆਖੀ ਹੈ। ਜਲਾਲਾਬਾਦ ਦੇ ਸਾਰੇ ਵੋਟਰਾਂ ਦਾ, ਸਾਰੀ ਪਬਲਿਕ ਦਾ, ਪ੍ਰੈਸ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੰਨਾ ਵੱਡੀ ਮਾਰਜਨ ਨਾਲ ਕਾਂਗਰਸ ਪਾਰਟੀ ਨੂੰ ਜਿਤਾਇਆ, ਵਿਸ਼ਵਾਸ ਦਵਾਇਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਲੋਕਾਂ ਨੇ ਫਤਿਹ ਕੀਤਾ, ਇੱਥੋਂ ਦੀ ਪਬਲਿਕ ਨੇ ਫਤਿਹ ਕੀਤਾ, ਔਰ ਮੈਂ ਆਪਦੇ ਪੂਰੇ ਸੱਚੇ ਮਨ ਨਾਲ ਇੱਥੋਂ ਦੇ ਲੋਕਾਂ ਦੀ ਸੇਵਾ ਕਰ ਰਿਹਾ। ਧੱਕੇਸ਼ਾਹੀ ਦੇ ਰੋਕ ਲਗਾਏ ਨੇ? ਕੋਈ ਧੱਕੇਸ਼ਾਹੀ ਨਹੀਂ ਹੋਈ, ਸਾਰਿਆਂ ਨੂੰ ਪਤਾ ਇਹਨਾਂ ਨੇ ਉਲਟਾ ਸ਼ਹਿਰ ਦੇ ਵਿੱਚ ਕੱਲ੍ਹ ਬਹੁਤ ਧੱਕੇ ਕਰਨ ਦੀ ਕੋਸ਼ਿਸ਼ ਕੀਤੀ, ਸਾਰਿਆਂ ਨੂੰ ਪਤਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਸਾਡੀ 1,000-1,500 ਵੋਟ ਜਿਹੜੀ ਹੋਰ ਪੋਲ ਹੋ ਸਕਦੀ ਸੀ ਨਹੀਂ। ਪੈਸਾ ਉਹਨਾਂ ਨੇ ਵੰਡਿਆ ਹੋਣਾ, ਉਹ ਤਾਂ ਹੀ ਗੱਲਾਂ ਕਰਦੇ ਆ। ਬਹੁਤ ਬਹੁਤ ਧੰਨਵਾਦ ਜੀ। ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਰਾਜ ਸਿੰਘ ਡਿੱਬੀਪੁਰਾ ਕਾਂਗਰਸ ਦੀ ਇਸ ਜਿੱਤ ਨੂੰ ਪੈਸੇ ਅਤੇ ਧੱਕੇਸ਼ਾਹੀ ਨਾਲ ਖਰੀਦੀ ਜਿੱਤ ਕਹਿ ਰਹੇ ਨੇ। ਡਿੱਬੀਪੁਰਾ ਮੁਤਾਬਕ ਲੋਕਾਂ ਨੇ ਵੀ ਪੈਸੇ ਨੂੰ ਮੁੱਖ ਰੱਖ ਕੇ ਵੋਟ ਪਾਈਏ। ਨਤੀਜੇ ਕੀ ਪੈਸੇ ਦੇ ਜ਼ੋਰ 'ਤੇ ਹਰ ਪਿੰਡ 16-20 ਲੱਖ ਰੁਪਈਆ ਪਿੰਡ 'ਚ ਗਿਆ ਅਤੇ ਲੋਕ ਫਿਰ ਤੈਨੂੰ ਪਤਾ ਪੈਸੇ ਨੂੰ ਮੁੱਖ ਰੱਖ ਕੇ ਪਿੰਡ ਦੇ ਵਿੱਚ ਪੈਸਾ ਲੋਕਤੰਤਰ ਦਾ ਕਾਨ ਹੋਇਆ ਹੈ ਜਿਹੜਾ ਕਿ ਪੈਸੇ ਦੇ ਸਿਰ 'ਤੇ ਇਹ ਸੀਟ ਉਹਨਾਂ ਜਿੱਤੀ ਹੈ। ਬਹੁਤ ਜ਼ਿਆਦਾ ਹੋਈ ਸ਼ਹਿਰ ਦੇ ਵਿੱਚ ਜਿਹੜੀ ਸ਼ਰਿਆਂ ਵੋਟ ਪਾਈ ਇਹਨਾਂ ਨੇ ਹਰ ਬੂਥ 'ਤੇ ਕਬਜ਼ਾ ਕੀਤਾ। ਬਸ ਰਾਏ ਸਿੱਖ ਬਰਾਦਰੀ ਸਾਰੇ ਪਾਸੇ ਇਹਨਾਂ ਪੈਸੇ ਦਿੱਤਾ। ਜ਼ਿਕਰਯੋਗ ਹੈ ਕਿ ਜਲਾਲਾਬਾਦ ਹਲਕੇ 'ਤੇ ਅਕਾਲੀ ਦਲ ਦਾ ਪਿਛਲੇ 10 ਸਾਲ ਤੋਂ ਕਬਜ਼ਾ ਸੀ, ਪਰ ਹੁਣ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਸੁਖਬੀਰ ਬਾਦਲ ਦਾ ਗੜ੍ਹ ਫਤਿਹ ਕਰ ਲਿਆ। ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਵੀ ਇਸੇ ਹਲਕੇ ਵਿੱਚ ਸਭ ਤੋਂ ਵੱਧ ਜ਼ੋਰ ਲਾਇਆ ਸੀ। ਸੁਖਬੀਰ ਨੇ ਹਲਕੇ ਦੇ ਲੋਕਾਂ ਨੂੰ ਨੋਟਾਂ ਦੇ ਟਰੱਕ ਭਰ ਕੇ ਭੇਜਣ ਤੱਕ ਦਾ ਵਾਅਦਾ ਕਰ ਦਿੱਤਾ ਸੀ, ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਰਮਿੰਦਰ ਆਵਲਾ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਜ਼ਿਆਦਾ ਚੰਗਾ ਸਮਝਿਆ। ਫਾਜ਼ਿਲਕਾ ਤੋਂ ਇੰਦਰਜੀਤ ਸਿੰਘ, ਪੰਜਾਬੀ ਲੋਕ ਚੈਨਲ।